ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦ ਪੰਜਾਬ ਟੀਵੀ ਤੇ ਮੈਂ ਯਾ ਜੱਜ ਸਿੰਘ ਚਾਹਲ ਅੱਜ ਦੇ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪੰਜਾਬੀ ਪ੍ਰਾਈਮ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਸੰਸਦ ਦੀ ਜਿਸ ਦੇ ਵਿੱਚ ਮੋਦੀ ਸਰਕਾਰ ਦੇ ਖਿਲਾਫ ਬੇਪਰੋਸਗੀ ਮਤਾ ਲਿਆਂਦਾ ਗਿਆ ਹੈ ਮਾਨ ਸਰਕਾਰ ਦੇ ਵੱਲੋਂ ਕੱਚੇ ਅਧਿਆਪਕਾਂ ਨੂੰ ਇੱਕ ਵਾਰ ਫਿਰ ਤੋਂ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਸਰਕਾਰ ਨੇ ਕੈਬਨਟ ਬੈਠਕ ਨੂੰ ਅੱਗੇ ਪਾ ਦਿੱਤਾ ਹੈ ਕਾਰਗਲ ਵਿਜੇ ਦਿਵਸ ਵਾਲੇ ਦਿਨ ਸ਼ਹੀਦਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਅਹਿਮ ਐਲਾਨ ਕੀਤੇ ਹਨ ਵੀ ਵੀ ਆਈ ਪੀ ਕਲਚਰ ਦੇ ਕਰਕੇ ਲੋਕ ਸੜਕਾਂ ਤੇ ਖੱਜਲਖਵਾਰ ਹੁੰਦੇ ਦਿਖਾਈ ਦਿੱਤੇ ਨਸ਼ਿਆਂ ਦੇ ਖਿਲਾਫ ਲੋਕ ਸੜਕਾਂ ਤੇ ਉਤਰਦੇ ਦਿਖਾਈ ਦਿੰਦੇ ਨੇ ਧਿਆਨ ਸਿੰਘ ਮੰਡ ਨੇ ਗਿਆਨੀ ਰਗਵੀਰ ਸਿੰਘ ਉਹ ਚਿੱਠੀ ਕਿਉਂ ਲਿਖੀ ਹੈ ਸੋਪਾਲ ਸਿੰਘ ਖੈਰਾ ਨੇ ਲੋਕਪਾਲ ਦੇ ਕੋਲ ਇੱਕ ਮੰਤਰੀ ਦੀ ਸ਼ਿਕਾਇਤ ਕਰ ਦਿੱਤੀ ਹੈ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਪੰਜਾਬ ਅਤੇ ਹਿਮਾਚਲ ਦੇ ਵਿੱਚ ਜਾਰੀ ਕਰ ਦਿੱਤਾ ਹੈ ਤੁਹਾਨੂੰ ਸਾਰੀ ਜਾਣਕਾਰੀ ਦਿਵਾਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਸੰਸਦ ਤੋਂ ਕਰਦੇ ਹਾਂ ਮਣੀਪੁਰ ਦੇ ਵਿੱਚ ਹੋ ਰਹੀ ਹਿੰਸਾ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਵੱਲੋਂ ਲਗਾਤਾਰ ਪ੍ਰਧਾਨ ਮੰਤਰੀ ਦੇ ਬਿਆਨ ਦੀ ਮੰਗ ਕੀਤੀ ਜਾ ਰਹੀ ਹੈ ਅਜੇ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸੰਸਦ ਦੇ ਵਿੱਚ ਮਣੀਪੁਰ ਨੂੰ ਲੈ ਕੇ ਕੋਈ ਵੀ ਬਿਆਨ ਨਹੀਂ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਵਿਰੋਧੀ ਗਠਜੋੜ ਇੰਡੀਆ ਨੇ ਇੱਕ ਵੱਡਾ ਕਦਮ ਚੁੱਕ ਲਿਆ ਹੈ ਉਹਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਬੇਪਰੋਸਗੀ ਮਤਾਹੀ ਸੰਸਦ ਦੇ ਵਿੱਚ ਲੈ ਆਂਦਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਇਹ ਬੇਪਰੋਸਗੀ ਮਤਾ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ ਹੈ ਅਤੇ ਇਸ ਤੇ ਚਰਚਾ ਦੀ ਮਨਜ਼ੂਰੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਵੱਲੋਂ ਵੀ ਦੇ ਦਿੱਤੀ ਗਈ ਹੈ ਉਹਨਾਂ ਨੇ ਪ੍ਰਵਾਨਗੀ ਦੇ ਦਿੱਤੀ ਹੈ ਲੋਕ ਸਭਾ ਦੇ ਵਿੱਚ ਪਾਰਟੀ ਦੇ ਵਿਪਾ ਮਨੀਕਮ ਟੈਗੋਰ ਨੇ ਦੱਸਿਆ ਕਿ ਬੇਪਰੋਸਗੀ ਮਤਾ ਸਦਨ ਚ ਪਾਰਟੀ ਦੇ ਉਪਨੇਤਾ ਗੌਰਵ ਗਗੋਈ ਨੇ ਪੇਸ਼ ਕੀਤਾ ਹੈ ਇਹ ਵਿਰੋਧੀ ਪਾਰਟੀਆਂ ਦੇ ਗਠਜੋੜਾ ਇੰਡੀਆ ਦਾ ਵਿਚਾਰ ਹੈ ਸਾਡਾ ਮੰਨਣਾ ਹੈ ਕਿ ਸਰਕਾਰ ਦੇ ਹੰਕਾਰ ਨੂੰ ਤੋੜਨ ਅਤੇ ਮਨੀਪੁਰ ਦੇ ਮੁੱਦੇ ਤੇ ਉਹਨਾਂ ਨੂੰ ਬੋਲਣ ਲਈ ਮਜਬੂਰ ਕਰਨ ਲਈ ਇਹ ਆਖਰੀ ਇਹ ਹਥਿਆਰ ਹੈ ਜਿਸ ਦੀ ਕੇ ਵਰਤੋਂ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਪ੍ਰਧਾਨ ਮੰਤਰੀ ਇਸ ਮੁੱਦੇ ਤੇ ਬੋਲ ਹੀ ਨਹੀਂ ਰਹੇ ਤਾਂ ਫਿਰ ਮਣੀਪੁਰ ਦੇ ਮੁੱਦੇ ਤੇ ਮੋਦੀ ਸਰਕਾਰ ਦੇ ਖਿਲਾਫ ਇਹ ਬੇਪਰੋਸਗੀ ਮਤਾ ਵਿਰੋਧੀ ਧਿਰ ਨੇ ਲੈ ਆਂਦਾ ਏ ਉਦੋਂ ਲਿਆਂਦਾ ਜਾਂਦਾ ਏ ਮਤਾ ਬੇਪਰੋਸਗੀ ਜਦੋਂ ਸਰਕਾਰ ਨੂੰ ਸੁੱਟਣਾ ਹੋਵੇ ਕਿ ਸਰਕਾਰ ਦੇ ਕੋਲ ਬਹੁਮਤ ਨਹੀਂ ਹੈ ਪਰ ਮੋਦੀ ਸਰਕਾਰ ਦੇ ਕੋਲ ਪ੍ਰਚੰਡ ਬਹੁਮਤ ਹੈ 272 ਐਮਪੀ ਚਾਹੀਦੇ ਨੇ ਪਰ 300 ਤੋਂ ਵੱਧ ਐਮਪੀ ਇਸ ਵੇਲੇ ਮੋਦੀ ਸਰਕਾਰ ਦੇ ਕੋਲ ਹਨ ਇਸ ਦੇ ਬਾਵਜੂਦ ਮੌਜੂਦ ਹੈ ਬੇਪਰੋਸਗੀ ਮਤਾ ਵਿਰੋਧੀ ਧਿਰ ਨੇ ਲਿਆਂਦਾ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਰਗਵ ਚੱਡਾ ਕਹਿੰਦੇ ਨੇ ਇਹ ਮਤਾ ਅਸੀਂ ਇਸ ਕਰਕੇ ਲਿਆਂਦਾ ਹੈ ਤਾਂ ਜੋ ਨਰਿੰਦਰ ਮੋਦੀ ਨੂੰ ਇਸ ਮੁੱਦੇ ਤੇ ਮਣੀਪੁਰ ਦੇ ਮੁੱਦੇ ਤੇ ਬੋਲਣ ਲਈ ਮਜਬੂਰ ਕੀਤਾ ਜਾ ਸਕੇ ਹੁਣ ਜਦੋਂ ਅਸੀਂ ਮਤਾ ਹੀ ਲੈ ਆਂਦਾ ਹੈ ਤਾਂ ਪ੍ਰਧਾਨ ਮੰਤਰੀ ਨੂੰ ਫਿਰ ਮਣੀਪੁਰ ਦੇ ਮੁੱਦੇ ਤੇ ਬੋਲਣਾ ਤਾਂ ਪੈਣਾ ਹੀ ਹੈ ਕਿਉਂਕਿ ਮਣੀਪੁਰ ਦੇ ਮੁੱਦੇ ਤੇ ਹੀ ਅਸੀਂ ਬੇਪਰੋਸਗੀ ਦਾ ਮਤਾ ਲਿਆਂਦਾ ਹੈ ਵਿਰੋਧੀ ਧਿਰ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਮੂੰਹੋਂ ਕੁਝ ਸ਼ਬਦ ਕਢਵਾਉਣ ਲਈ ਬੇਪਰੋਸ ਸੀ ਕਿ ਮਤੇ ਵਰਗਾ ਇੱਕ ਵੱਡਾ ਕਦਮ ਚੁੱਕ ਲਿਆ ਗਿਆ ਹੈ ਅੱਗੇ ਵਧਦੇ ਹਾਂ ਮਾਨ ਸਰਕਾਰ ਦੀ ਕੈਬਨਿਟ ਬੈਠਕ 27 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਹੋਣੀ ਸੀ ਜਿਸ ਨੂੰ ਕਿ ਮੁਲਤਵੀ ਕਰ ਦਿੱਤਾ ਗਿਆ ਹੁਣ ਇਹ ਕੈਬਨਿਟ ਬੈਠਕ 29 ਜੁਲਾਈ ਨੂੰ ਹੋਵੇਗੀ ਇਸ ਦੇ ਏਜੰਡੇ ਬਾਰੇ ਅਜੇ ਤੱਕ ਖੁਲਾਸਾ ਸਰਕਾਰ ਦੇ ਵੱਲੋਂ ਨਹੀਂ ਕੀਤਾ ਗਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਹੜ੍ਹਾਂ ਦੀ ਮਾਰ ਚੱਲਦੇ ਪੰਜਾਬ ਦੇ ਲਈ ਇਸ ਮੰਤਰੀ ਮੰਡਲ ਦੀ ਬੈਠਕ ਦੇ ਵਿੱਚ ਕੁਝ ਅਹਿਮ ਫੈਸਲੇ ਪੰਜਾਬ ਸਰਕਾਰ ਦੇ ਵੱਲੋਂ ਲਏ ਜਾ ਸਕਦੇ ਹਨ ਅਗਲੀ ਖਬਰ ਦੇ ਵੱਲ ਵਾਪਸਦੇ ਹਾਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕਰ ਦਿੱਤਾ ਹੈ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ yellow alert ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਅਤੇ ਇਸ ਅਲਰਟ ਦੇ ਵਿੱਚ ਇੱਕ ਦਿਨ ਮੌਸਮ ਵਿਭਾਗ ਨੇ ਹੋਰ ਵੀ ਵਧਾ ਦਿੱਤਾ ਹੈ ਹੁਣ 29 ਜੁਲਾਈ ਤੱਕ ਪੰਜਾਬ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਜਤਾ ਦਿੱਤੀ ਗਈ ਹੈ ਗੱਲ ਹਿਮਾਚਲ ਪ੍ਰਦੇਸ਼ ਦੀ ਕੀਤੀ ਜਾਵੇ ਤਾਂ ਉੱਥੇ ਮੀਂਹ ਦਾ orange alert ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਉੱਥੋਂ ਦੇ ਲੋਕਾਂ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਜੇਕਰ ਉਥੇ ਮੀਂਹ ਪਿਆ ਤਾਂ ਉਸ ਦੇ ਨਾਲ ਟਿੱਗਾਂ ਵੀ ਡਿੱਗ ਸਕਦੀਆਂ ਨੇ ਸੜਕਾਂ ਦਾ ਨੁਕਸਾਨ ਵੀ ਹੋ ਸਕਦਾ ਹੈ ਇਸ ਕਰਕੇ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ ਮੌਸਮ ਵਿਭਾਗ ਦੇ ਵੱਲੋਂ ਦੇ ਦਿੱਤੀ ਗਈ ਹੈ ਜੇਕਰ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਮੀਂਹ ਪੈ ਗਿਆ ਭਾਰੀ ਮੀਂਹ ਪੈ ਗਿਆ ਉਸ ਦੇ ਨਾਲ ਮੁਸ਼ਕਲਾਂ ਪੰਜਾਬ ਦੀਆਂ ਵੀ ਵੱਧ ਜਾਣਗੀਆਂ ਕਿਉਂਕਿ ਹਿਮਾਚਲ ਤੋਂ ਪਾਣੀ ਪੰਜਾਬ ਵੱਲ ਨੂੰ ਹੀ ਆਉਣਾ ਹੈ ਪਹਿਲਾਂ ਵੀ ਆਇਆ ਸੀ ਜੇਕਰ ਉੱਥੇ ਜ਼ਿਆਦਾ ਮੀਂਹ ਪੈ ਗਿਆ ਤਾਂ ਪੰਜਾਬ ਦੀਆਂ ਮੁਸ਼ਕਲਾਂ ਵੀ ਵੱਧ ਸਕਦੀਆਂ ਨੇ ਅਗੇ ਵਾਧੇ ਆ ਹੜ੍ਹਾਂ ਦੇ ਕਰਕੇ ਪੰਜਾਬ ਦੇ ਵਿੱਚ 41 ਮੌਤਾਂ ਹੋ ਚੁੱਕੀਆਂ ਨੇ ਇਹ ਜਾਣਕਾਰੀ ਸੂਬਾ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ 1616 ਲੋਕਾਂ ਨੂੰ ਰਾਹਤ ਕੈਂਪਾਂ ਦੇ ਵਿੱਚ ਰੱਖਿਆ ਜਾ ਰਿਹਾ ਹੈ ਪੰਜਾਬ ਸਰਕਾਰ ਨੇ ਇਹ ਜਾਣਕਾਰੀ ਦਿੱਤੀ ਹੈ ਹੁਣ ਤੱਕ ਹੜ੍ਹਾਂ ਦੇ ਕਰਕੇ 19 ਜ਼ਿਲ੍ਹੇ ਪੰਜਾਬ ਦੇ ਪ੍ਰਭਾਵਿਤ ਹੋ ਚੁੱਕੇ ਨੇ 173 ਰਾਹਤ ਕੈਂਪ ਸਰਕਾਰ ਕਹਿੰਦੀ ਹੈ ਕਿ ਅਸੀਂ ਲਾਏ ਨੇ ਅਧਿਕਾਰੀਆਂ ਨੇ ਦੱਸਿਆ ਕਿ ਤਰਨਤਾਰਨ ਫਿਰੋਜ਼ਪੁਰ ਫਤਿਹਗੜ੍ਹ ਸਾਹਿਬ ਫਰੀਦਕੋਟ ਰੋਚੀ ਹਰਪੁਰ ਰੂਪਨਗਰ ਕਪੂਰਥਲਾ ਪਟਿਆਲਾ ਮੋਗਾ ਲੁਧਿਆਣਾ ਸਹਿਬਜ਼ਾਦਾ ਅਜੀਤ ਸਿੰਘ ਨਗਰ ਜਲੰਧਰ ਸੰਗਰੂਰ ਸ਼ਹੀਦ ਭਗਤ ਸਿੰਘ ਨਗਰ ਫਾਜ਼ਲਕਾ ਗੁਰਦਾਸਪੁਰ ਮਾਨਸਾ ਬਠਿੰਡਾ ਅਤੇ ਪਠਾਨਕੋਟ ਸਮੇਤ 19 ਜ਼ਿਲ੍ਹੇ ਪ੍ਰਭਾਵਿਤ ਹੋਏ ਨੇ ਹੜ੍ਹਾਂ ਤੋਂ ਹੜ ਅਧਿਕਾਰੀ ਨੇ ਕਿਹਾ ਕਿ ਸਰਕਾਰ ਅਤੇ ਬਚਾਅ ਏਜੰਸੀਆਂ ਨੇ 27286 ਵਿਅਕਤੀਆਂ ਨੂੰ ਪਾਣੀ ਦੇ ਵਿੱਚ ਡੁੱਬੇ ਇਲਾਕਿਆਂ ਤੋਂ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਹੈ ਹੁਣ ਪ੍ਰਸ਼ਾਸਨ ਨੇ ਇਹ 27000 ਤੋਂ ਵੱਧ ਲੋਕ ਆਪ ਕੱਢੇ ਨੇ ਕਿ ਜਾਂ ਫਿਰ ਜਿਹੜੇ ਲੋਕ ਆ ਆਮ ਲੋਕਾਂ ਨੇ ਕੱਢੇ ਨੇ ਉਹਨਾਂ ਦਾ ਅੰਕੜਾ ਵੀ ਸਰਕਾਰ ਦੇ ਵੱਲੋਂ ਆਪਣੇ ਵਿੱਚ ਹੀ ਸ਼ਾਮਲ ਕਰ ਲਿਆ ਗਿਆ ਹੈ ਇਸ ਸੰਬੰਧੀ ਕੋਈ ਵੀ ਜਾਣਕਾਰੀ ਹਾਲ ਦੀ ਘੜੀ ਸਾਹਮਣੇ ਆਉਂਦੀ ਦਿਖਾਈ ਨਹੀਂ ਦਿੰਦੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਾਂ 26 ਜੁਲਾਈ ਵਾਲੇ ਦਿਨ ਕਾਰਗਿਲ ਵਿਜੇ ਦਿਵਸ ਸੀ ਅਤੇ ਇਸ ਮੌਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੰਮ੍ਰਿਤਸਰ ਪਹੁੰਚੇ ਉੱਥੇ ਉਹਨਾਂ ਦੇ ਵੱਲੋਂ ਵਾਰ ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਅਤੇ ਮਿਊਜ਼ੀਅਮ ਦਾ ਦੌਰਾ ਕੀਤਾ ਗਿਆ ਉੱਥੇ ਪਹੁੰਚ ਕੇ ਉਹਨਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਸ਼ਹੀਦਾਂ ਦੇ ਲਈ ਉਹਨਾਂ ਦੇ ਪਰਿਵਾਰਾਂ ਦੇ ਲਈ ਕੁਝ ਅਹਿਮ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕਰ ਦਿੱਤੇ ਗਏ ਆਪਣੇ ਇਹਨਾਂ ਐਲਾਨਾਂ ਦੇ ਵਿੱਚ ਉਹਨਾਂ ਨੇ ਐਕਸ ਗ੍ਰੇਸ਼ੀਆ ਗ੍ਰਾਂਟ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ ਭਗਵੰਤ ਮਾਨ ਨੇ ਆਖਿਆ ਕਿ ਜੇਕਰ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ 25 ਲੱਖ ਰੁਪਏ ਦਾ ਐਲਾਨ ਉਹਨਾਂ ਨੇ ਕੀਤਾ ਜ਼ਖਮੀ ਜਵਾਨਾਂ ਦੀ ਵੀ ਸਹਾਇਤਾ ਰਾਸ਼ੀ ਦੇ ਵਿੱਚ ਵਾਧਾ ਕਰਨ ਦਾ ਐਲਾਨ ਮਾਨ ਸਰਕਾਰ ਨੇ ਕਰ ਦਿੱਤਾ ਹੈ ਭਗਵੰਤ ਮਾਨ ਨੇ ਆਖਿਆ 70 ਫੀਸ ਦੀ ਵਿਕਲੰਗ ਜਵਾਨਾਂ ਲਈ ਐਕਸ ਗ੍ਰੇਸ਼ੀਆ ਰਾਸ਼ੀ 20 ਲੱਖ ਤੋਂ ਵਧਾ ਕੇ 40 ਲੱਖ ਰੁਪਏ ਕੀਤੀ ਜਾ ਰਹੀ ਹੈ ਭਗਵੰਤ ਮਾਨ ਨੇ ਦਾਵਾ ਕੀਤਾ ਕਿ 9 ਕਰੋੜ ਰੁਪਏ ਸਾਲਾਨਾ ਖਰਚ ਇਸ ਤੇ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਮਾਨ ਨੇ ਆਖਿਆ ਜਿਹੜੇ ਜਵਾਨ ਕਿਸੇ ਹੋਰ ਹਾਦਸੇ ਦੇ ਵਿੱਚ ਜ਼ਖਮੀ ਹੋ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਵੀ 25 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਜੰਗ ਦੇ ਵਿੱਚ 70 ਤੋਂ 100 ਫੀਸ ਦੀ ਜ਼ਖਮੀ ਹੋਏ ਫੌਜੀਆ ਨੂੰ 20 ਦੀ بجائے ਹੁਣ 40 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ ਇਸ ਤੋਂ ਇਲਾਵਾ 51 ਤੋਂ 75 ਫੀਸਦੀ ਤੱਕ ਜ਼ਖਮੀ ਹੋਣ ਵਾਲੇ ਫੌਜੀਆਂ ਨੂੰ 10 ਲੱਖ ਰੁਪਏ ਦੀ بجائے 20 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਦੁੱਗਣੀ ਕਰ ਦਿੱਤੀ ਹੈ ਇਸ ਤੋਂ ਇਲਾਵਾ ਆਜ਼ਾਦੀ ਕੁਲਾਟੀਆਂ ਦੀਆਂ ਵਿਦਮਾਵਾਂ ਨੂੰ 6000 ਦੀ بجائے ਹੁਣ 10000 ਰੁਪਏ ਹਰ ਮਹੀਨੇ ਪੈਨਸ਼ਨ ਦਿੱਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਕੁਝ ਅਹਿਮ ਐਲਾਨ ਇਸ ਜਗ੍ਹਾ ਤੇ ਅੰਮ੍ਰਿਤਸਰ ਪਹੁੰਚ ਕੇ ਕੀਤੇ ਪਰ ਇਸ ਮੌਕੇ ਲੋਕ ਜਲਖਵਾਰ ਰਜਕੇ ਹੋਏ ਕਿਉਂਕਿ ਜਿੱਥੇ ਵੀ ਮੁੱਖ ਮੰਤਰੀ ਭਗਵੰਤ ਮਾਨ ਜਾਂਦੇ ਨੇ ਉੱਥੇ-ਉੱਥੇ 20 20 ਆਈਪੀ ਕਲਚਰ ਦਾ ਜਲਵਾ ਲੋਕਾਂ ਨੂੰ ਵੇਖਣ ਨੂੰ ਮਿਲਦਾ ਏ ਜਿਸ ਜਗ੍ਹਾ ਤੇ ਭਗਵੰਤ ਮਾਨ ਪਹੁੰਚੇ ਸਨ ਉੱਥੇ ਘੰਟਿਆਂ ਬੱਧੀ ਲੋਕਾਂ ਨੂੰ ਗੱਡੀਆਂ ਦੇ ਵਿੱਚ ਬਿਠਾ ਕੇ ਰੱਖਿਆ ਗਿਆ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲੋਕ ਇੱਥੇ ਅੱਕੇ ਦਿਖਾਈ ਦਿਤੇ ਕਿਉਂਕਿ ਲੋਕਾਂ ਨੇ ਹੀ ਵੋਟਾਂ ਪਾਈਆਂ ਨੇ ਲੋਕ ਕਹਿੰਦੇ ਨੇ ਅਸੀਂ ਵੋਟਾਂ ਇਸੇ ਹਿਸਾਬ ਨਾਲ ਪਾਈਆਂ ਸੀ ਕਿਉਂਕਿ ਭਗਵੰਤ ਮਾਨ ਕਹਿੰਦਾ ਸੀ ਮੈਂ ਤੁਹਾਡੇ ਵਰਗਾ ਹਾਂ ਮੈਂ ਤੁਹਾਡੇ ਵਿੱਚ ਹੀ ਰਹਿੰਦਾ ਹਾਂ ਮੈਂ ਸਿਕਿਉਰਿਟੀ ਨਹੀਂ ਲਵਾਵਾਂਗਾ ਮੈਂ ਵੀਆਈਪੀ ਕਲਚਰ ਨੂੰ ਖਤਮ ਕਰ ਦੇਵਾਂਗਾ ਪਰ ਇਹ ਤਾਂ ਪਹਿਲਿਆਂ ਤੋਂ ਵੀ ਅੱਗੇ ਲੰਘ ਗਿਆ ਏ ਅਸੀਂ ਹੁਣ ਬੜੇ ਪਰੇਸ਼ਾਨ ਆ ਅਸੀਂ ਹੁਣ ਬੜੇ ਤੰਗ ਆ ਗੱਡੀਆਂ ਦੇ ਵਿੱਚ ਬੈਠੇ ਲੋਕ ਜਾਂ ਫਿਰ ਸੜਕਾਂ ਤੇ ਖੜੇ ਲੋਕਾਂ ਦੇ ਵੱਲੋਂ ਇਹ ਹਾਲ ਦੁਹਾਈ ਪਾਈ ਗਈ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਕਿਰਪਾ ਕਰਕੇ ਇੰਜ ਨਾ ਕਰੋ ਜਿੱਥੇ ਕਿਤੇ ਵੀ ਜਾਣਾ ਹੁੰਦਾ ਏ ਆਮ ਲੋਕਾਂ ਨੂੰ ਇੰਨਾ ਪਰੇਸ਼ਾਨ ਨਾ ਕਰਿਆ ਕਰੋ ਲੋਕ ਅੱਕ ਕੇ ਇਹ ਅਪੀਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰਦੇ ਦਖਾਈ ਦਤੇ ਨੇ ਅੱਗੇ ਵਧਦੇ ਆ ਗੱਲ ਜੇਕਰ ਭਗਵੰਤ ਮਾਨ ਦੇ ਵੱਲੋਂ ਫੋਲੋ ਕੀਤੇ ਜਾ ਰਹੇ 20 VIP ਕਲਚਰ ਦੀ ਕਰ ਰਹੇ ਆ ਤਾਂ ਇੱਕ ਹੋਰ ਗੱਲ ਤੋਂ ਵੀ ਭਗਵੰਤ ਮਾਨ 100% ਦੀ ਮੁੱਕਰ ਚੁੱਕੇ ਨੇ ਅਤੇ ਉਹ ਹੈ ਫੋਟੋ ਵਾਲੀ ਗੱਲ ਉਹਨਾਂ ਨੇ ਆਖਿਆ ਸੀ ਮੈਂ ਕਿਤੇ ਵੀ ਫੋਟੋ ਨਹੀਂ ਲਗਵਾਵਾਂਗਾ ਕੈਪਟਨ ਤੇ ਬਾਦਲ ਬੜੇ ਮਾੜੇ ਬੰਦੇ ਨੇ ਇਹ ਆਪਣੀਆਂ ਫੋਟੋਆਂ ਲਵਾਉਂਦੇ ਨੇ ਪਰ ਜਦੋਂ ਤੋਂ ਭਗਵੰਤ ਮਾਨ ਮੁੱਖ ਮੰਤਰੀ ਬਣੇ ਨੇ ਉਹ ਜਗ੍ਹਾ ਹੀ ਲੱਭਦੇ ਫਿਰਦੇ ਨੇ ਕਿ ਕਿੱਥੇ ਇੱਕ ਮੇਰੀ ਫੋਟੋ ਲੱਗ ਸਕਦੀ ਹੈ ਹੁਣ ਮੁਹੱਲਾ ਕਲੀਨਿਕਾਂ ਤੇ ਵੀ ਉਹਨਾਂ ਦੇ ਵੱਲੋਂ ਆਪਣੀ ਫੋਟੋ ਲਾਈ ਗਈ ਹੈ ਜਿਸ ਕਰਕੇ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ ਜੋ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਫੰਡ ਭੇਜਿਆ ਜਾਂਦਾ ਸੀ ਕੌਮੀ ਸਿਹਤ ਮਿਸ਼ਨ ਦਾ ਉਹ ਕੇਂਦਰ ਸਰਕਾਰ ਨੇ ਰੋਕਿਆ ਹੋਇਆ ਹੈ ਕਿਉਂਕਿ ਡਿਸਪੈਂਸਰੀਆਂ ਨੂੰ ਹੀ ਰੰਗ ਰੋਗਣ ਕਰਕੇ ਮੁਹੱਲਾ ਕਲੀਨਿਕ ਬਣਾ ਦਿੱਤਾ ਅਤੇ ਉੱਪਰ ਆਪਣੀ ਫੋਟੋ ਲਾ ਲਈ ਭਗਵੰਤ ਮਾਨ ਨੇ ਹੁਣ ਕੇਂਦਰ ਸਰਕਾਰ ਨੇ ਆਖਿਆ ਇਹ ਜੋ ਡਿਸਪੈਂਸਰੀਆਂ ਵਾਸਤੇ ਫੰਡ ਭੇਜਿਆ ਜਾਂਦਾ ਸੀ ਕੇਂਦਰ ਸਰਕਾਰ ਦੇ ਵੱਲੋਂ ਉਹ ਡਿਸਪੈਂਸਰੀਆਂ ਤਾਂ ਹੁਣ ਪੰਜਾਬ ਦੇ ਵਿੱਚ ਰਹਿ ਹੀ ਨਹੀਂ ਗਈਆਂ ਤਾਂ ਫਿਰ ਅਸੀਂ ਫੰਡ ਕਿਸ ਚੀਜ਼ ਦਾ ਭੇਜੀਏ ਕਹਿਣ ਦਾ ਮਤਲਬ ਇਹ ਹੈ ਕੇਂਦਰ ਸਰਕਾਰ ਨੇ ਆਖਿਆ ਕੇ ਫੋਟੋ ਤੁਸੀਂ ਆਪਣੀ ਲਾ ਲਈ ਹੈ ਨਾਮ ਵੀ ਤੁਸੀਂ ਆਪਣੀ ਪਾਰਟੀ ਦਾ ਰੱਖ ਲਿਆ ਹੈ ਆਮ ਆਦਮੀ ਕਲੀਨਿਕ ਤਾਂ ਫਿਰ ਕੇਂਦਰ ਸਰਕਾਰ ਤੁਹਾਨੂੰ ਕੌਮੀ ਸਿਹਤ ਮਿਸ਼ਨ ਦੇ ਤਹਿਤ ਪੈਸੇ ਕਿਉਂ ਭੇਜੇ ਪੰਜਾਬ ਦਾ 546 ਕਰੋੜ ਰੁਪਇਆ ਰੁਕਿਆ ਹੋਇਆ ਹੈ ਭਗਵੰਤ ਮਾਨ ਦੀ ਇੱਕ ਫੋਟੋ ਦੇ ਕਰਕੇ ਪਰ ਮਾਨ ਸਰਕਾਰ ਇਸ ਗੱਲ ਲਈ ਬਿਲਕੁਲ ਤਿਆਰ ਨਹੀਂ ਹੈ ਕਿ ਅਸੀਂ ਭਗਵੰਤ ਮਾਨ ਦੀ ਫੋਟੋ ਲਾ ਦਿੰਨੇ ਆ ਪਰ ਹੁਣ ਕੁਝ ਮੀਡੀਆ ਰਿਪੋਰਟਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਸੂਤਰਾਂ ਦੇ ਹਾਵਾਂ ਲਿਆ ਤਾਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਹ ਪ੍ਰਪੋਜ਼ਲ ਤਿਆਰ ਕੀਤਾ ਹੈ ਕਿ ਅਸੀਂ ਆਪਣੀ ਫੋਟੋ ਤਾਂ ਕੀ ਲਾਉਣੀ ਹੈ ਕੇਂਦਰ ਸਰਕਾਰ ਦੀਆਂ ਵੀ ਕੁਝ ਫੋਟੋਆਂ ਇੱਥੇ ਲਾ ਦਿੰਨੇ ਆ ਜਿਹੜੇ ਮੁਹੱਲਾ ਕਲੀਨਿਕਾਂ ਦੀ ਬ੍ਰਾਂਡਿੰਗ ਹੈ ਉਸ ਨੂੰ ਕੋ-ਬ੍ਰਾਂਡਿੰਗ ਬਣਾ ਦਿੰਨੇ ਆ ਕੋ-ਬ੍ਰਾਂਡਿੰਗ ਦਾ ਮਤਲਬ ਹੈ ਕਿ ਪੰਜਾਬ ਸਰਕਾਰ ਦੀ ਵੀ ਬ੍ਰਾਂਡਿੰਗ ਉੱਪਰ ਫੋਟੋਆਂ ਲੋਗੋ ਵਗੈਰਾ ਅਤੇ ਕੇਂਦਰ ਸਰਕਾਰ ਦੀ ਵੀ ਕੋਈ ਨਾ ਕੋਈ ਫੋਟੋ ਜਾਂ ਫਿਰ ਲੋਗੋ ਲਾ ਦਿੰਨੇ ਆ ਫਿਰ ਤਾਂ ਪੈਸੇ ਦੇ ਹੀ ਦਿਓਗੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਇਹ ਦੋਮਾ ਧਰਾਂ ਵਾਲਾ ਇੱਕ ਪ੍ਰਪੋਜ਼ਲ ਤਿਆਰ ਕੀਤਾ ਗਿਆ ਹੈ ਇਸ ਨੂੰ ਹੁਣ ਮਨਜ਼ੂਰੀ ਮਿਲਦੀ ਹੈ ਜਾਂ ਫਿਰ ਨਹੀਂ ਪਰ ਪੰਜਾਬ ਸਰਕਾਰ 546 ਕਰੋੜ ਰੁਪਇਆ ਕੇਂਦਰ ਦਾ ਰੋਕਣ ਲਈ ਤਿਆਰ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਕਲਿਨਿਕਾ ਤੋਂ ਆਪਣੀ ਫੋਟੋ ਲਾਉਣ ਲਈ ਤਿਆਰ ਨਹੀਂ ਜਾਪਦੇ ਅਜਹੀਆਂ ਮੀਡੀਆ ਰਿਪੋਰਟਾਂ ਹੁਣ ਸਾਹਮਣੇ ਆਉਂਦੀਆਂ ਦਿਖਾਈ ਦਿੰਦੀਆਂ ਨੇ ਅੱਗੇ ਵਾਦਦੇ ਆ ਮਾਨ ਸਰਕਾਰ ਦਾਵਾ ਕਰਦੀ ਹੈ ਕਿ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਅਸੀਂ ਖੇਡਾਂ ਨੂੰ ਬਹੁਤ ਉਤਸ਼ਾਹਿਤ ਕਰ ਰਹੇ ਹਾਂ ਪਹਿਲੇ ਜਿਹੜੇ ਸੀ ਖੇਡਾਂ ਦੇ ਵੱਲ ਧਿਆਨ ਨਹੀਂ ਦਿੰਦੇ ਸੀ ਉਹਨਾਂ ਨੇ ਨਸ਼ਾ ਫਲਾਇਆ ਹੋਇਆ ਸੀ ਅਸੀਂ ਨਸ਼ਾ ਰੋਕਿਆ ਹੈ ਤੇ ਖੇਡਾਂ ਵਧਾਈਆਂ ਨੇ ਪਰ ਅਜੇ ਹਾ ਜ਼ਮੀਨੀ ਪੱਧਰ ਤੇ ਹੁੰਦਾ ਦਿਖਾਈ ਨਹੀਂ ਦਿੰਦਾ ਹੈ ਇੱਕ ਪੈਰਾ ਕਰਾਟੇ ਖਿਡਾਰੀ ਤਰਨ ਸ਼ਰਮਾ ਦੀ ਇੱਕ ਖਬਰ ਸਾਹਮਣੇ ਆਈ ਹੈ ਜੋ ਕਿ ਮਲੇਸ਼ੀਆ ਗਿਆ ਸੀ ਖੇਡਾਂ ਦੇ ਵਿੱਚ ਭਾਗ ਲੈਣ ਦੇ ਲਈ ਅਤੇ ਉਹ ব্রੌਂਜ਼ ਮੈਡਲ ਸਿੱਧਾ ਤਮਗਾ ਜਿੱਤ ਕੇ ਆਇਆ ਪਰ ਉਹ ਪੀਆਰਟੀਸੀ ਦੀ ਬਸ ਤੇ ਵਾਪਸ ਖੰਨੇ ਆ ਗਿਆ ਉਸ ਦਾ ਸਵਾਗਤ ਕਿਸੇ ਦੇ ਵੱਲੋਂ ਨਹੀਂ ਕੀਤਾ ਗਿਆ ਸਰਕਾਰ ਨੇ ਉਸ ਖਿਡਾਰੀ ਦੀ ਸਾਰ ਵੀ ਨਹੀਂ ਲਈ ਹੁਣ ਤਰਨ ਸ਼ਰਮਾਣੇ ਅੱਕ ਕੇ ਉਦਾਸ ਹੋ ਕੇ ਨਿਰਾਸ਼ ਹੋ ਕੇ ਹਤਾਸ਼ ਹੋ ਕੇ ਐਲਾਨ ਕਰ ਦਿੱਤਾ ਹੈ ਕਿ ਮੈਂ ਖੇਡ ਤੋਂ ਸੰਨਿਆਸ ਲੈਂਦਾ ਹਾਂ 1 ਲੱਖ ਰੁਪਇਆ ਕਰਜ਼ਾ ਚੁੱਕ ਕੇ ਮੈਂ ਇਹ ਖੇਡਾਂ ਖੇਡਣ ਗਿਆ ਸੀ ਸਰਕਾਰ ਨੇ ਕੋਈ ਵਿੱਤੀ ਮਦਦ ਤਾਂ ਕੀ ਕਰਨੀ ਹੈ ਥੋੜੀ ਬਹੁਤੀ ਇੱਜ਼ਤ ਵੀ ਨਹੀਂ ਦਿੰਦੀ ਹੈ ਬਸ ਤੇ ਚੜ੍ਹ ਕੇ ਮੈਨੂੰ ਆਉਣਾ ਪੈ ਗਿਆ ਕਿਸੇ ਨੇ ਮੈਨੂੰ ਪੁੱਛਿਆ ਤੱਕ ਨਹੀਂ ਹੁਣ ਮੈਂ ਖੇਡਣਾ ਨਹੀਂ ਹੈ ਹੁਣ ਮੈਂ ਕਰਨਾ ਹੈ ਫਾਇਦੇ ਵਾਲਾ ਕੰਮ ਕਿਹੜਾ ਕੰਮ ਤਰੁਨ ਸ਼ਰਮਾ ਨੇ ਆਖਿਆ ਹੁਣ ਮੈਂ ਜਾਂ ਤਾਂ ਭੁਗੀ ਵੇਚਿਆ ਕਰਾਂਗਾ ਜਾਂ ਫਿਰ ਅਫੀਮ ਵੇਚਿਆ ਕਰਾਂਗਾ ਜਾਂ ਫਿਰ ਸ਼ਰਾਬ ਵੇਚਣ ਦਾ ਕਾਰੋਬਾਰ ਸ਼ੁਰੂ ਕਰਾਂਗਾ ਕਿਉਂਕਿ ਇਸ ਦੇ ਵਿੱਚ ਪੈਸੇ ਹੈਗੇ ਨੇ ਅਤੇ ਜੋ ਮੈਂ ਕਰਜ਼ਾ ਲੈ ਕੇ ਖੇਡਾਂ ਖੇਡੀਆਂ ਨੇ ਲੱਖ ਰੁਪਏ ਦਾ ਕਰਜ਼ਾ ਲੈ ਕੇ ਹੁਣ ਮੈਂ ਮਲੇਸ਼ੀਆ ਗਿਆ ਸੀ ਉਹ ਕਰਜ਼ਾ ਵੀ ਉਤਾਰਾਂਗਾ ਖੇਡਣ ਦਾ ਕੋਈ ਵੀ ਫਾਇਦਾ ਨਹੀਂ ਹੈ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਇਹ ਵੀ ਸਰਕਾਰ ਉਹੋ ਜੀ ਨਿਕਲ ਆਈ ਹੈ ਇੱਕ ਖਿਡਾਰੀ ਤਰਨ ਸ਼ਰਮਾ ਕਾਫੀ ਜ਼ਿਆਦਾ ਨਿਰਾਸ਼ ਹਤਾਸ਼ ਅਤੇ ਉਦਾਸ ਹੁੰਦਾ ਦਿਖਾਈ ਦਿੰਦਾ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਹੁਣ ਜੇਕਰ ਖਿਡਾਰੀਆਂ ਦੇ ਵੱਲੋਂ ਖੇਡਾਂ ਛੱਡ ਕੇ ਨਸ਼ੇ ਵੇਚਣ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਪੰਜਾਬ ਦੇ ਵਿੱਚ ਨਸ਼ੇ ਦੇ ਹਾਲਾਤ ਕੀ ਹੋਣਗੇ ਇਸ ਦਾ ਅੰਦਾਜ਼ਾ ਤਾਂ ਸਹਿਜ ਹੀ ਲਾਇਆ ਜਾ ਸਕਦਾ ਹੈ ਅਤੇ ਲੋਕ ਵੀ ਅੱਕਦੇ ਜਾਂਦੇ ਨੇ ਅਤੇ ਹੁਣ ਨਸ਼ੇ ਦੇ ਖਿਲਾਫ ਲੋਕ ਸੜਕਾਂ ਤੇ ਉਤਰਨ ਲੱਗ ਪਏ ਨੇ ਪਹਿਲਾਂ ਲੋਕ ਇੱਕ ਦੂਜੇ ਦੇ ਮੂੰਹਾਂ ਵੱਲ ਵੇਖ ਰਹੇ ਸਨ ਕਿ ਸ਼ਾਇਦ ਕੋ ਸਰਕਾਰ ਕਰੇਗੀ ਕੁਝ ਪ੍ਰਸ਼ਾਸਨ ਕਰੇਗਾ ਪਰ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਨੇ ਕੁਝ ਨਹੀਂ ਕਰ ਸਕੋ ਜਿਹੜੇ ਨਸ਼ੇ ਦੇ ਖਿਲਾਫ ਬੋਲਦੇ ਨੇ ਉਹਨਾਂ ਤੇ ਕਾਰਵਾਈ ਕਰਦੀ ਹੈ ਸਰਕਾਰ ਇਹ ਹੀ ਇਲਜ਼ਾਮ ਲੱਗਣ ਲੱਗ ਪਏ ਨੇ ਤਸਵੀਰਾਂ ਸਾਹਮਣੇ ਆ ਗਈਆਂ ਬਠਿੰਡਾ ਦੇ ਸੰਗਤਪੁਰਾ ਰੋਡ ਤੋਂ ਲੋਕਾਂ ਨੇ ਰੋਡ ਹੀ ਜਾਮ ਕਰ ਦਿੱਤਾ ਪੁੱਛਿਆ ਗਿਆ ਕਿਉਂ ਰੋਡ ਜਾਮ ਕਰਦੇ ਹੋ ਲੋਕਾਂ ਨੇ ਆਖਿਆ ਅੱਕ ਗਏ ਆ ਕੀ ਕਰੀਏ ਇਥੇ ਸਵੇਰੇ ਸਵੇਰੇ ਅਜੇ ਸਵੇਰ ਦੀ ਚਾਹ ਨਹੀਂ ਪੀਤੀ ਹੁੰਦੀ ਨਸ਼ੇੜੀ ਆ ਕੇ ਇਥੇ ਸਾਡੇ ਇਲਾਕੇ ਦੇ ਵਿੱਚ ਟੀਕੇ ਲਾਉਣ ਲੱਗ ਪੈਂਦੇ ਨੇ ਗਰੁੱਪ ਬਣਾ ਕੇ ਬੈਠੇ ਰਹਿੰਦੇ ਨੇ ਨਸ਼ਾ ਕਰਦੇ ਰਹਿੰਦੇ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਆਉਂਦੇ ਨੇ ਅਸੀਂ ਜਾਣਦੇ ਨਹੀਂ ਸਾਡਾ ਤਾਂ ਜਿਉਣਾ ਮਹਾਲ ਹੋਇਆ ਪਿਆ ਏ ਸਾਡੇ ਧੀਆਂ ਪੁੱਤਰਾਂ ਤੇ ਵੀ ਮਾੜਾ ਅਸਰ ਪੈ ਰਿਹਾ ਏ ਸਾਡੇ ਧੀਆਂ ਪੁੱਤਰ ਵੀ ਨਸ਼ੇ ਤੇ ਕਈਆਂ ਦੇ ਲੱਗੇ ਹੋਏ ਨੇ ਜਿੰਨਾ ਮਾਵਾਂ ਦੇ ਪੁੱਤ ਤੁਰੇ ਜਾਂਦੇ ਨੇ ਭਗਵੰਤ ਮਾਨ ਜੀ ਉਹਨਾਂ ਨੂੰ ਪੁੱਛ ਕੇ ਵੇਖੋ ਕੁਝ ਕਰੋ ਜ਼ਰੂਰ ਕੁਝ ਨਾ ਕੁਝ ਕਰੋ ਕੁਝ ਤਾਂ ਕਰੋ ਤੁਹਾਨੂੰ ਸਰਕਾਰ ਸੌਂਪੀ ਹੈ ਇਸ ਤਰੀਕੇ ਦੀ ਭਾਸ਼ਾ ਇੱਥੇ ਲੋਕਾਂ ਦੇ ਵੱਲੋਂ ਵਰਤੀ ਜਾ ਰਹੀ ਹੈ ਤਰਲਿਆਂ ਤੇ ਆ ਗਏ ਨੇ ਲੋਕ ਕਿ ਨਸ਼ਾ ਭਗਵੰਤ ਮਾਨ ਨੂੰ ਜ਼ਰੂਰ ਘਟੋ ਘਟ ਘਟਾਉਣਾ ਤਾਂ ਚਾਹੀਦਾ ਹੈ ਵਧਣ ਤੇ ਨਾ ਦੇਣ ਇਹ ਨਸ਼ਾ ਰੋਕਣਾ ਚਾਹੀਦਾ ਹੈ ਸਾਡੇ ਪੁੱਤ ਤੁਰੇ ਜਾਂਦੇ ਨੇ ਜਹਾਨੋਂ ਲੋਕਾਂ ਦੇ ਵੱਲੋਂ ਇਹ ਹੜੇ ਮੁੱਖ ਮੰਤਰੀ ਭਗਵੰਤ ਮਾਨ ਦੇ ਅੱਗੇ ਕੱਢੇ ਜਾ ਰਹੇ ਨੇ ਅਗੇ ਵਾਦੇ ਆ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਦਾਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਰਹੇ ਹਾਂ ਪਹਿਲਾਂ ਵੀ ਮਾਨ ਸਰਕਾਰ ਨੇ ਐਲਾਨ ਕੀਤਾ ਹੈ ਦਾਵਾ ਕੀਤਾ ਹੈ ਕਿ ਅਸੀਂ ਹਜ਼ਾਰਾਂ ਹੀ ਕੱਚੇ ਅਧਿਆਪਕਾਂ ਨੂੰ ਪੱਕਿਆਂ ਕਰ ਦਿੱਤਾ ਹੈ ਹੁਣ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਮੈਨਸ ਦੇ ਵੱਲੋਂ ਇੱਕ ਨਵਾਂ ਐਲਾਨ ਕਰ ਦਿੱਤਾ ਗਿਆ ਹੈ ਹਰਜੋਤ ਮੈਨਸ ਨੇ ਜਾਣ ਕਰ ਦਿੱਤੀ ਹੈ ਕਿ 28 ਜੁਲਾਈ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 12500 ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ 12000 ਕੱਚਾ ਅਧਿਆਪਕ ਅਸੀਂ ਹੋਰ ਪੱਕਾ ਕਰਨ ਜਾ ਰਹੇ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਹਰਜੋਤ ਬੈਂਸ ਕਹਿੰਦੇ ਨੇ ਇਹਨਾਂ ਦੇ ਸੰਘਰਸ਼ ਨੂੰ ਅਸੀਂ ਸਲਾਮ ਕਰਾਂਗੇ ਉਹਨਾਂ ਨੂੰ ਸਜਦਾ ਕਰਾਂਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਕੁਝ ਕੋ ਅਧਿਆਪਕਾਂ ਨੂੰ ਪੱਕੇ ਕਰਨ ਦੀ ਰਸਮ ਵੀ ਅਦਾ ਕੀਤੀ ਜਾਵੇਗੀ ਕਿਉਂਕਿ ਇਹਨਾਂ ਕੱਚੇ ਅਧਿਆਪਕਾਂ ਨੇ ਬਹੁਤ ਸੰਘਰਸ਼ ਕੀਤਾ ਪਿਛਲੀਆਂ ਸਰਕਾਰਾਂ ਦੀ ਨੀਅਤ ਠੀਕ ਨਹੀਂ ਸੀ ਇਸ ਕਰਕੇ ਪੱਕੇ ਨਹੀਂ ਹੋ ਸਕੇ ਸਾਡੀ ਨੀਅਤ ਠੀਕ ਹੈ ਅਸੀਂ 12000 ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਜਾ ਰਹੇ ਆ ਸਿੱਖਿਆ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣਾ ਸੈਟਲਾਈਟ ਟੀਵੀ ਚੈਨਲ ਬਣਾਉਣ ਲਈ ਚਾਰਾਜ਼ੋਈ ਸ਼ੁਰੂ ਕਰ ਦਿੱਤੀ ਗਈ ਹੈ SGPC ਦਾ ਇੱਕ ਵਫ਼ਦ ਕੇਂਦਰੀ ਮੰਤਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੂੰ ਮਿਲਿਆ ਹੈ ਇਸ ਮੀਟਿੰਗ ਦੇ ਵਿੱਚ ਇੱਕ ਸੈਟਲਾਈਟ ਟੀਵੀ ਚੈਨਲ ਸ਼ੁਰੂ ਕਰਨ ਦੀ ਸਾਨੂੰ ਮਨਜ਼ੂਰੀ ਦਿਓ ਇਹ ਮੰਗ ਪੱਤਰ SGPC ਦੇ ਵੱਲੋਂ ਦਿੱਤਾ ਗਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਚਿੱਠੀ ਪੱਤਰ ਤਾਂ ਅਸੀਂ ਕੇਂਦਰ ਸਰਕਾਰ ਨੂੰ ਕੇਂਦਰੀ ਮੰਤਰੀ ਨੂੰ ਲਿਖ ਦਿੱਤਾ ਹੈ ਪਰ ਸਾਡਾ ਇੱਕ ਵਫ਼ਦ ਵੀ ਮੰਤਰੀ ਨੂੰ ਮਿਲਣ ਲਈ ਜਾਵੇਗਾ ਅਤੇ ਹੁਣ SGPC ਦੇ ਵਫ਼ਦ ਨੇ ਅਨੁਰਾਗ ਠਾਕੁਰ ਦੇ ਨਾਲ ਮੀਟਿੰਗ ਵੀ ਕਰ ਲਈ ਹੈ ਅਤੇ ਮੰਗ ਪੱਤਰ ਵੀ ਦੇ ਦਿੱਤਾ ਹੈ ਹੁਣ ਕਦੋਂ ਕੇਂਦਰ ਸਰਕਾਰ ਦੇ ਵੱਲੋਂ ਮਨਜ਼ੂਰੀ ਦਿੱਤੀ ਜਾਂਦੀ ਹੈ ਅਤੇ ਕਦੋਂ ਐਸਜੀਪੀਸੀ ਦਾ ਆਪਣਾ ਟੀਵੀ ਚੈਨਲ ਸ਼ੁਰੂ ਹੁੰਦਾ ਹੈ ਇਸ ਦੇ ਵੀ ਸਬਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ ਅਗਲੀ ਖਬਰ ਦੇ ਵੱਲ ਵਧਦੇ ਹਾਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਦੇ ਵੱਲੋਂ ਐਸਜੀਪੀਸੀ ਦੇ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੂੰ ਇੱਕ ਚਿੱਠੀ ਲਿਖੀ ਗਈ ਹੈ ਇੱਕ ਜਥੇਦਾਰ ਸਰਬੱਤ ਖਾਲਸੇ ਨੇ ਥਾਪਿਆ ਹੈ ਦੂਜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਥਾਪਿਆ ਗਿਆ ਹੈ ਇੱਕ ਜਥੇਦਾਰ ਨੇ ਦੂਜੇ ਜਥੇਦਾਰ ਨੂੰ ਚਿੱਠੀ ਲਿਖੀ ਹੈ ਕਿ ਆਓ 29 ਜੁਲਾਈ ਵਾਲੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਬੈਠ ਕੇ ਆਪਸ ਵਿੱਚ ਏਕਤਾ ਬਾਰੇ ਸਲਾਹ مشਵਰਾ ਕਰੀਏ ਵੱਡਾ ਕਦਮ ਚੁੱਕਿਆ ਗਿਆ ਹੈ ਧਿਆਨ ਸਿੰਘ ਮੰਡ ਦੇ ਵੱਲੋਂ ਕਿਉਂਕਿ ਜਦੋਂ ਵੀ ਕਿਸੇ ਜਥੇਦਾਰ ਦੇ ਵੱਲੋਂ ਕੋਈ ਹੁਕਮ ਦਿੱਤਾ ਜਾਂਦਾ ਹੈ ਤਾਂ ਦੁਵਿਧਾ ਪੈਦਾ ਹੋ ਜਾਂਦੀ ਹੈ ਧਿਆਨ ਸਿੰਘ ਮੰਡ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਸੀ ਉਦੋਂ ਵੀ ਸਮਝ ਨਹੀਂ ਆ ਰਿਹਾ ਸੀ ਕਿ ਮੁੱਖ ਮੰਤਰੀ ਜਵਾਬ ਦੇਣਗੇ ਵੀ ਜਾਂ ਫਿਰ ਨਹੀਂ ਉਹਨਾਂ ਨੇ ਜਵਾਬ ਧਿਆਨ ਸਿੰਘ ਮੰਡ ਨੂੰ ਵੀ ਦੇ ਦਿੱਤਾ ਸੀ ਪਰ ਦੁਵਿਧਾ ਹਰ ਵਾਰ ਪੈਦਾ ਹੋ ਜਾਂਦੀ ਹੈ ਹੁਣ ਧਿਆਨ ਸਿੰਘ ਮੰਡ ਨੇ ਗਿਆਨੀ ਰਗਵੀਰ ਸਿੰਘ ਨੂੰ ਚਿੱਠੀ ਲਿਖੀ ਹੈ ਕਿ ਆਓ ਆਪਸ ਵਿੱਚ ਏਕਤਾ ਕਰੀਏ ਸਿੱਖ ਕੌਮ ਲਈ ਏਕਤਾ ਬਹੁਤ ਜ਼ਰੂਰੀ ਹੈ ਜਿਸ ਤਰੀਕੇ ਦੇ ਲਾਤਾ ਸਿੱਖ ਕੌਮ ਦੇ ਬਣਦੇ ਜਾ ਰਹੇ ਨੇ ਏਕਾ ਬਹੁਤ ਜ਼ਰੂਰੀ ਹੈ ਜਦੋਂ ਵੀ ਕੋਈ ਮੁੱਦਾ ਉੱਠਦਾ ਹੈ ਆਪਣੇ ਤੇ ਹੀ ਸਵਾਲ ਉੱਠ ਜਾਂਦੇ ਨੇ ਕਿ ਆਪਸ ਵਿੱਚ ਏਕਾ ਨਹੀਂ ਹੈ ਇਹ ਕੌਮ ਨੂੰ ਏਕਾ ਕੀ ਰੱਖਣਗੇ ਆਓ 29 ਜੁਲਾਈ ਨੂੰ ਆਪਸ ਵਿੱਚ ਮਿਲ ਬੈਠ ਕੇ ਏਕਤਾ ਦੀ ਗੱਲ ਕਰੀਏ ਧਿਆਨ ਸਿੰਘ ਮੰਡ ਨੇ ਇਹ ਚਿੱਠੀ ਲਿਖੀ ਹੈ ਹੁਣ ਗਿਆਨੀ ਰਗਵੀਰ ਸਿੰਘ ਦੇ ਵੱਲੋਂ ਧਿਆਨ ਸਿੰਘ ਮੰਡ ਦਾ ਇਹ ਸੱਦਾ ਸਵੀਕਾਰ ਕੀਤਾ ਜਾਂਦਾ ਹੈ ਜਾਂ ਫਿਰ ਨਹੀਂ ਇਹ ਤਾਂ ਅਜੇ ਸਮੇਂ ਦੀ ਕੋਖ ਦੇ ਵਿੱਚ ਹੈ ਅੱਗੇ ਵਧਦੇ ਆ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਲਗਾਤਾਰ ਮਾਨ ਸਰਕਾਰ ਦੀਆਂ ਮੁਸ਼ਕਲਾਂ ਵਧਾਈਆਂ ਹੀ ਜਾਂਦੀਆਂ ਰਹਿੰਦੀਆਂ ਨੇ ਇੱਕ ਵਾਰ ਫਿਰ ਤੋਂ ਇੱਕ ਹੋਰ ਮੰਤਰੀ ਦੇ ਖਿਲਾਫ ਉਹਨਾਂ ਨੇ ਮੋਰਚਾ ਖੋਲ੍ਹ ਦਿੱਤਾ ਹੈ ਸੁਖਪਾਲ ਖੈਰਾ ਨੇ ਕਾਂਗਰਸ ਭਵਨ ਚੰਡੀਗੜ੍ਹ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਜਾਣ ਕਰ ਦਿੱਤੀ ਕਿ ਮੈਂ ਇੱਕ ਮੰਤਰੀ ਦੇ ਖਿਲਾਫ ਸਬੂਤਾਂ ਸਮੇਤ ਪੰਜਾਬ ਦੇ ਲੋਕਪਾਲ ਦੇ ਕੋਲ ਸ਼ਿਕਾਇਤ ਦੇ ਕੇ ਆਇਆ ਹਾਂ ਲੋਕਪਾਲ ਨੇ ਉਸ ਮੰਤਰੀ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗ ਲਿਆ ਹੈ ਪਰ ਕਾਨੂੰਨ ਦੇ ਮੁਤਾਬਕ ਨਾ ਤਾਂ ਮੈਂ ਤੁਹਾਨੂੰ ਉਸ ਮੰਤਰੀ ਦਾ ਨਾਮ ਦੱਸ ਸਕਦਾ ਹਾਂ ਅਜੇ ਅਤੇ ਨਾ ਹੀ ਉਹ ਗੱਲ ਦੱਸ ਸਕਦਾ ਜਿਸ ਦੀ ਮੈਂ ਸ਼ਿਕਾਇਤ ਕਰਕੇ ਆਇਆ ਉਸ ਕੱਪੜੇ ਬਾਰੇ ਵੀ ਮੈਂ ਜਾਣਕਾਰੀ ਹਾਲ ਦੀ ਘੜੀ ਨਹੀਂ ਦੇ ਸਕਦਾ ਬਸ ਇਹਨਾਂ ਦੱਸ ਸਕਦਾ ਕਿ ਗੜਬੜ ਤਕੜੀ ਹੋਈ ਹੈ ਅਤੇ ਮੇਰੇ ਕੋਲ ਸਾਰੇ ਸਬੂਤ ਵੀ ਹਨ ਹੁਣ ਵੇਖਣਾ ਹੋਵੇਗਾ ਕਿ ਲੋਕਪਾਲ ਦੇ ਵੱਲੋਂ ਉਸ ਮੰਤਰੀ ਤੇ ਕੋਈ ਕਾਰਵਾਈ ਕੀਤੀ ਜਾਂਦੀ ਹੈ ਕਿ ਜਾਂ ਫਿਰ ਪਹਿਲੇ ਮਾਮਲਿਆਂ ਵਾਂਗ ਇਸ ਮਾਮਲੇ ਨੂੰ ਵੀ ਦਬ ਦਿੱਤਾ ਜਾਵੇਗਾ ਖੈਰਾ ਨੇ ਇਹ ਗੱਲ ਆਖੀ ਨਾਲ ਦੀ ਨਾਲ ਸੁਖਪਾਲ ਖੈਰਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਿੱਧਾ ਚੈਲੰਜ ਵੀ ਕਰ ਦਿੱਤਾ ਖੈਰਾ ਨੇ ਦਾਵਾ ਕੀਤਾ ਕਿ ਇੱਕ 51 ਸਾਲ ਪੁਰਾਣੇ ਮਾਮਲੇ ਦੇ ਵਿੱਚ ਉਨ੍ਹਾਂ ਤੇ ਪੰਜਾਬ ਸਰਕਾਰ ਨੇ ਐਫ ਆਈ ਆਰ ਦਰਜ ਕਰ ਦਿੱਤੀ ਹੈ ਅਤੇ ਉਸ ਦੇ ਵਿੱਚ ਉਨ੍ਹਾਂ ਦੀ ਸਾਕੀ ਭੈਣ ਤੇ ਵੀ ਐਫ ਆਈ ਆਰ ਦਰਜ ਕਰ ਦਿੱਤੀ ਹੈ ਸਾਕੀ ਭੈਣ ਨੂੰ ਵੀ ਐਫ ਆਈ ਆਰ ਦੇ ਵਿੱਚ ਉਹਨਾਂ ਦਾ ਨਾਮ ਵੀ ਸ਼ਾਮਿਲ ਕਰ ਲਿਆ ਹੈ ਖੈਰਾ ਕਹਿੰਦੇ ਨੇ ਜਨਾਨੀਆਂ ਤੇ ਉਤਰ ਆਏ ਆਏ ਭਗਵੰਤ ਮਾਨਾ ਕੋਈ ਗੱਲ ਨਹੀਂ ਜਿੰਨੀ ਤੇਰੀ ਔਕਾਤ ਹੈ ਜਿੰਨੀ ਤੇਰੀ ਹੈਸੀਅਤ ਹੈ ਜਿੰਨਾ ਜ਼ੋਰ ਤੂੰ ਲਾ ਸਕਦਾ ਹੈ ਲਾ ਲੈ ਇਹ ਨਾ ਸੋਚੀ ਕਿ ਇੱਕ ਵਾਰ ਮੈਂ ਮੁੱਖ ਮੰਤਰੀ ਬਣਿਆ ਸੀ ਖੈਰੇ ਨੂੰ ਜੇਲ੍ਹ ਚ ਨਹੀਂ ਸੁੱਟ ਸਕਿਆ ਜਾ ਜੋ ਕਰ ਸਕਦਾ ਹੈ ਕਰ ਲੈ ਜਿਹੜੀ ਜੇਲ੍ਹ ਦੇ ਵਿੱਚ ਸੁੱਟਣਾ ਹੈ ਸੁੱਟ ਲੈ ਮੈਂ ਤੈਨੂੰ ਸਿੱਧੀ ਚੁਣੌਤੀ ਦਿੰਦਾ ਹਾਂ ਅਜੇੇ ਬੋਲ ਅਜੀਬ ਸ਼ਬਦਾਵਲੀ ਮੁੱਖ ਮੰਤਰੀ ਦੇ ਲਈ ਸੁਪਾਲ ਸਿੰਘ ਖੈਰਾ ਦੇ ਵੱਲੋਂ ਵਰਤ ਦਿੱਤੀ ਗਈ ਹੈ ਅੱਗੇ ਵਾਦੇ ਆ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ 5 ਅਗਸਤ ਵਾਲੇ ਦਿਨ ਚੰਡੀਗੜ੍ਹ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਸੰਯੁਕਤ ਸਮਾਜ ਮੋਰਚੇ ਦੇ ਵਿੱਚ ਪੰਜ ਉਹ ਕਿਸਾਨ ਜਥੇਬੰਦੀਆਂ ਸ਼ਾਮਲ ਹਨ ਜਿਨ੍ਹਾਂ ਦੇ ਵੱਲੋਂ ਵਿਧਾਨ ਸਭਾ ਚੋਣਾਂ ਵੀ ਲੜੀਆਂ ਗਈਆਂ ਸਨ ਜਿਨ੍ਹਾਂ ਦੀ ਅਗਵਾਈ ਬਲਬੀਰ ਸਿੰਘ ਰਾਜੇਵਾਲ ਦੇ ਵੱਲੋਂ ਕੀਤੀ ਜਾ ਰਹੀ ਹੈ। ਇਹਨਾਂ ਪੰਜ ਕਿਸਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਦੇ ਵਿੱਚ 5 ਅਗਸਤ ਨੂੰ ਅਸੀਂ ਰੈਲੀ ਕਰਾਂਗੇ ਜਿਸ ਦੇ ਮੁੱਖ ਮੁੱਦੇ ਹੋਣਗੇ ਪਾਣੀਆਂ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ, ਵਾਤਾਵਰਨ ਦਾ ਮੁੱਦਾ ਅਤੇ ਹੁਣ ਹੜ੍ਹਾਂ ਦਾ ਮੁੱਦਾ ਵੀ ਅਸੀਂ ਆਪਣੀਆਂ ਮੰਗਾਂ ਦੇ ਵਿੱਚ ਸ਼ਾਮਲ ਕਰ ਲਿਆ ਹੈ ਕਿਉਂਕਿ ਪੰਜਾਬ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ ਪਰ ਸਰਕਾਰ ਦੇ ਵੱਲੋਂ ਉਸ ਦੇ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਕੇਂਦਰ ਸਰਕਾਰ ਦੇ ਖਿਲਾਫ ਅਤੇ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਰੈਲੀ ਕਰਾਂਗੇ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਇਨ੍ਹਾਂ ਹੀ ਮੁੱਦਿਆਂ ਨੂੰ ਲੈ ਕੇ ਇੱਕ ਪੱਕਾ ਮੋਰਚਾ ਵੀ ਅਸੀਂ ਲਾਵਾਂਗੇ ਬਲਬੀਰ ਸਿੰਘ ਰਾਜੇਵਾਲ ਨੇ ਇਹ ਐਲਾਨ ਕਰ ਦਿੱਤਾ ਹੈ ਅਗਲੀ ਖਬਰ ਦੇ ਵੱਲ ਵਧਦੇ ਆ ਪ੍ਰਸਿੱਧ ਪੰਜਾਬੀ ਗਾਇਕ ਸੁਰਿੰਦਰ ਸ਼ਿੰਦਾ ਦਾ ਦੇਹਾਂਤ ਹੋ ਗਿਆ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਲੈ ਗਏ 64 ਸਾਲ ਦੀ ਸੁਰਿੰਦਰ ਸ਼ਿੰਦਾ ਦੀ ਉਮਰ ਸੀ ਬਹੁਤ ਜ਼ਿਆਦਾ ਮਸ਼ਹੂਰ ਪੰਜਾਬੀ ਦੇ ਗਾਇਕਾਂ ਦੇ ਵਿੱਚ ਉਹਨਾਂ ਨੂੰ ਮੰਨਿਆ ਜਾਂਦਾ ਸੀ ਕੁਝ ਦਿਨ ਪਹਿਲਾਂ ਹੀ ਇੱਕ ਗਲਤ ਖਬਰ ਮੀਡੀਆ ਦੇ ਵਿੱਚ ਆ ਗਈ ਸੀ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਪਰ ਪਰਿਵਾਰਕ ਮੈਂਬਰਾਂ ਨੇ ਉਸ ਖਬਰ ਦਾ ਖੰਡਨ ਕਰ ਦਿੱਤਾ ਸੀ ਕੁਝ ਦਿਨ ਪਹਿਲਾਂ ਉਹਨਾਂ ਦੀ ਫੂਡ ਪਾਈਪ ਦਾ ਹਸਪਤਾਲ ਦੇ ਵਿੱਚ ਆਪਰੇਸ਼ਨ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਸਰੀਰ ਦੇ ਵਿੱਚ ਇਨਫੈਕਸ਼ਨ ਵੱਧ ਗਈ ਸੀ ਚਿੰਦਾ ਕਈ ਦਿਨਾਂ ਤੱਕ ਦੀਪ ਹਸਪਤਾਲ ਦੇ ਵਿੱਚ ਵੈਂਟੀਲੇਟਰ ਤੇ ਰਹੇ ਸਨ ਜਿਸ ਤੋਂ ਬਾਅਦ ਉਹਨਾਂ ਦੀ ਹਾਲਤ ਹੋਰ ਵੀ ਵਿਗੜ ਗਈ ਸੀ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦੇ ਵਿੱਚ ਉਹਨਾਂ ਨੂੰ ਭੇਜ ਦਿੱਤਾ ਗਿਆ ਸੀ ਅਤੇ ਉਸ ਤੋਂ ਬਾਅਦ ਹੁਣ ਉਹਨਾਂ ਦੀ ਮੌਤ ਦੀ ਖਬਰ ਸਾਹਮਣੇ ਆ ਗਈ ਹੈ ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹੋਰ ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਦੇ ਨਾਲ-ਨਾਲ ਸੰਗੀਤ ਖੇਤਰ ਦੇ ਨਾਲ ਜੁੜੀਆਂ ਹਸਤੀਆਂ ਨੇ ਇਸ ਦਿਹਾਣ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਇਸਨ ਕੁਝ ਉਹ ਖਬਰਾਂ ਜੋ ਤੁਹਾਡੇ ਤੱਕ ਪਹੁੰਚਾਉਣੀਆਂ ਬਹੁਤ ਜ਼ਰੂਰੀ ਸਨ ਇਹਨਾਂ ਖਬਰਾਂ ਵਿੱਚੋਂ ਕਿਸੇ ਖਬਰ ਬਾਰੇ ਸਾਡੇ ਸ਼ੋਅ ਪੰਜਾਬੀ ਪ੍ਰਾਈਮ ਟਾਈਮ ਬਾਰੇ ਤੁਹਾਡੀ ਕੋਈ رائے ਜਾਂ ਸੁਝਾਅ ਹੈ ਤਾਂ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਪੇਜ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਹ ਲਗਲੀ ਵਾਰ ਫਿਰ ਆਜ਼ਰੂ ਮੰਗਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਹਰ ਖਬਰ ਦਾ ਸੱਚ